मैं 2012 च आप स्टंट करने शुरू किए। किसी वीर तो मैनू मंगवा मोटरसाइकिल मिलिया सी, ओदे उपर शुरुआत की। गुरु नानक पातशाह जी के गुरपुरब से मैं स्टंट किए चंडीगढ़ के, फिर इस तों इलावा मैं स्टंट हिमाचल के भी किए ने, बॉम्बे भी किए स्टंट, इस तों इलावा छत्तीसगढ़ के भी काफ़ी बुलट स्टंट किए। असी पैसों लई नहीं करते, असी अपने शौक लई करते हैं। जिथे साडा दिल करदा असी उत्थे स्टंट कर लैंदे हां। शुरू तो डर हुंदा सी, हुण जद असी बुलट दे उपर खड़दे हां ते बुलट दे उपर हमेशा खड़न तो पहला गुरु पातशाह जी दे चरणों दा ध्यान धरदे हां। सब तो पहला असी बुलट दे उपर खड़न तो पहला अरदास करदे हां, जिन्हें सानू पैदा कीता, जिदे असी बख्शे हुए सुआस लै रहे हैं, उस रब नू पहला हमेशा याद रखो। मौत नू बंदा जदों याद रख के कोई जिंदगी दा काम करदा ते वह हमेशा बंदा सफल हुंदा। रोजाना स्पोक्समैन टीवी देख रहे दर्शकों का मैं दर्शन सिंह संधू स्वागत करता वा। अज असी हलका पट्टी के पिंड सरहाली दे विच खड़े हैं, जिथे कि दो नौजवान सरहाली कलां दे नौजवान ने, बलदेव सिंह सरहाली ते अर्जन सिंह सरहाली, जो बुलट मोटरसाइकिल दा स्टंट करते हैं। तो बुलट मोटरसाइकिल चलते ते जिहड़े 85 तरह की दस्तार जी सजाते हैं, साढ़े नाल वीर मौजूद ने, गलबात करेंगे वीर उन्होंने। सब तो पहले जी थोड़ा स्पोक्समैन टीवी बहुत बहुत स्वागत है जी। धन्यवाद वीर जी, थोड़ा साढ़े को आए ने वीर दर्शन सिंह जी। रोजाना स्पोक्समैन जिहड़ा चैनल आ, इहदे जरिए असी अपने गुण नू लैके तुहाडे सारे दर्शकों के रूबरू होण जा रहे हैं। तो जिहड़ी पग्गां दी शुरुआत आ, तुसीं पुछ रहे हो भी कित्थे किवें कीती। पग का जिहड़ा साडा जिहड़ा सिलसिला, असी स्कूल दे टाइम जदों पढ़दे सी गुरु गोबिंद सिंह खालसा स्कूल साडे पिंड दा सरहाली स्कूल, इत्थे ਉੱਥੇ ਸਾਨੂੰ 6ਵੀਂ ਕਲਾਸ ਤੋਂ ਪੱਗਾਂ ਲੱਗੀਆਂ ਸਨ। 6ਵੀਂ ਤੋਂ ਦਸਤਾਰ ਸਜਾਉਣ ਦਾ ਸਾਡੇ ਅੰਦਰ ਸ਼ੌਂਕ ਪੈਦਾ ਹੋਇਆ ਸੀ। ਇਸ ਤੋਂ ਬਾਅਦ 12ਵੀਂ ਤੱਕ ਅਸੀਂ ਪੱਗਾਂ ਬੰਨ੍ਹਦੇ ਰਹੇ ਸਕੂਲ ਦੇ ਟਾਈਮ। ਇਸ ਤੋਂ ਬਾਅਦ ਅਸੀਂ ਕੰਪੀਟੀਸ਼ਨਾਂ ਦੀ ਸ਼ੁਰੂਆਤ ਕੀਤੀ ਅਤੇ ਕੰਪੀਟੀਸ਼ਨਾਂ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਪੱਗ ਜਿਹੜੇ ਮੁਕਾਬਲੇ ਆ ਉਹਨਾਂ ਵਿੱਚ ਕਾਫੀ ਮੱਲਾਂ ਮਾਰੀਆਂ। ਅਸੀਂ ਦੋਵੇਂ ਵੀਰ ਭਰਾ ਪੰਜਾਬ ਦੇ ਵਿੱਚ ਵੀ ਹੁਣ ਪੱਗਾਂ ਦੇ ਨਾਮ 'ਤੇ ਕਿਸੇ ਟਾਈਮ ਜਾਣੇ ਜਾਂਦੇ ਹਾਂ ਹੁਣ, ਅਤੇ ਕਿਸੇ ਵੇਲੇ ਅਸੀਂ ਸਟੰਟਾਂ ਦੇ ਇਹਦੇ ਨਾਲ ਆਪਾਂ ਜਾਣੇ ਜਾਂਦੇ ਹਾਂ। ਗੱਤਕਾ ਬਾਕੀ ਹੋਰ ਕਾਫੀ ਗੁਣ ਨੇ ਤੁਹਾਡੇ ਨਾਲ, ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਜੀ। ਬਲਦੇਵ ਵੀਰ, ਜੇਕਰ ਗੱਲ ਕੀਤੀ ਜਾਵੇ ਸਟੰਟਾਂ ਦੀ ਤਾਂ ਬੁਲਟ ਮੋਟਰਸਾਈਕਲ ਤੋਂ ਸਟੰਟ ਕਰਦੇ ਹੋ ਜੀ, ਕਦੋਂ ਤੋਂ ਸ਼ੌਂਕ ਪਿਆ, ਕਦੋਂ ਤੋਂ ਚੀਜ਼ ਦੀ ਸਟਾਰਟਿੰਗ ਦੀ, ਮਨ ਦੇ ਵਿੱਚ ਕੀ ਸੀ ਤੁਹਾਡਾ ਜਦੋਂ ਤੁਸੀਂ ਇਹ ਸਟਾਰਟਿੰਗ ਕੀਤੀ ਸੀ? ਜਿਹੜੀ ਬੁਲਟ ਦੀ ਸਟਾਰਟਿੰਗ ਅਸੀਂ ਕੀਤੀ ਸੀ 2012 ਦੇ ਵਿੱਚ ਕੀਤੀ ਸੀ, ਜਦੋਂ ਮੈਂ ਸਕੂਲ ਦੇ ਟਾਈਮ ਸਾਡੀ ਭੰਗੜੇ ਦੀ ਟੀਮ ਦੇ ਵਿੱਚ ਗਿਆ ਸੀ ਤਰਨ ਤਾਰਨ। ਉਦੋਂ ਮੈਂ 2010 ਦੇ ਵਿੱਚ ਕਿਸੇ ਵੀਰ ਨੂੰ ਦੇਖਿਆ ਸੀ ਬੁਲਟ ਦੇ ਉੱਪਰ ਚੜ੍ਹ ਕੇ ਜਾਂਦੇ ਨੂੰ, ਅਤੇ ਉਹਨਾਂ ਵੱਲ ਦੇਖ ਕੇ ਸ਼ੌਂਕ ਪੈਦਾ ਹੋਇਆ। ਅਤੇ ਫਿਰ ਮੈਂ 2012 'ਚ ਆਪ ਸਟੰਟ ਕਰਨੇ ਸ਼ੁਰੂ ਕੀਤੇ। ਕਿਸੇ ਵੀਰ ਤੋਂ ਮੈਨੂੰ ਮੰਗਵਾਂ ਮੋਟਰਸਾਈਕਲ ਮਿਲਿਆ ਸੀ ਅਤੇ ਉਹਦੇ ਉੱਪਰ ਸ਼ੁਰੂਆਤ ਕੀਤੀ। XCD ਮੋਟਰਸਾਈਕਲ ਸੀ, ਫਿਰ ਇਸ ਤੋਂ ਬਾਅਦ CT 100 ਮੋਟਰਸਾਈਕਲ ਦੇ ਉੱਪਰ ਖਲੋਣਾ ਸ਼ੁਰੂ ਕੀਤਾ, ਫਿਰ ਇਸ ਤੋਂ ਬਾਅਦ ਸਪਲੈਂਡਰ ਅਤੇ ਜਿੰਨੇ ਵੀ ਆਪਣੇ ਪੰਜਾਬ ਦੇ ਮੋਟਰਸਾਈਕਲ ਨੇ ਹਰ ਇੱਕ ਮੋਟਰਸਾਈਕਲ ਦੇ ਉੱਪਰ ਖਲੋਣ ਦਾ ਤਜਰਬਾ ਹਾਸਲ ਕੀਤਾ। ਫਿਰ ਇਸ ਤੋਂ ਬਾਅਦ 2016 ਦੇ ਵਿੱਚ ਪੱਗ ਮੁਕਾਬਲਾ ਸੀ, ਲੜਿਆ ਸੀ, ਉਸ ਮੁਕਾਬਲੇ ਦੇ ਵਿੱਚ ਬੁਲਟ ਮੋਟਰਸਾਈਕਲ ਜਿੱਤਿਆ। 2016 ਦੇ ਵਿੱਚ ਅਸੀਂ ਬੁਲਟ ਦੇ ਉੱਪਰ ਚੜ੍ਹ ਕੇ ਸਟੰਟ ਕਰਨੇ ਸ਼ੁਰੂ ਕੀਤੇ ਸੀ। ਜੇਕਰ ਗੱਲ ਕੀਤੀ ਆ ਸਟੰਟਾਂ ਦੀ, ਹੁਣ ਤੱਕ ਕਿਸੇ ਪੰਜਾਬ ਲੈਵਲ 'ਤੇ ਜਾਂ ਜ਼ਿਲ੍ਹਾ ਲੈਵਲ 'ਤੇ ਜਾਂ ਕਿਸੇ ਵੱਡੇ ਲੈਵਲ 'ਤੇ ਹੁਣ ਤੱਕ ਸਟੰਟ ਕੀਤੇ ਆ ਤੁਸੀਂ? ਹਾਂਜੀ, ਸਟੰਟਾਂ ਦੀ ਗੱਲ ਕਰੀਏ, ਪਹਿਲਾਂ ਤਾਂ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤੇ ਸੀ ਅਤੇ ਕਾਫੀ ਜਗ੍ਹਾ ਕੀਤੇ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ 'ਤੇ ਮੈਂ ਸਟੰਟ ਕੀਤੇ ਸੀ ਚੰਡੀਗੜ੍ਹ ਦੇ ਵਿੱਚ, ਫਿਰ ਇਸ ਤੋਂ ਇਲਾਵਾ ਮੈਂ ਸਟੰਟ ਹਿਮਾਚਲ ਦੇ ਵਿੱਚ ਵੀ ਕੀਤੇ ਨੇ, ਅਤੇ ਬੰਬੇ ਵੀ ਕੀਤੇ ਸਟੰਟ, ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਵਿੱਚ ਵੀ ਕਾਫੀ ਬੁਲਟ ਸਟੰਟ ਕੀਤੇ। ਹੁਣ ਲੋਕ ਸਾਨੂੰ ਮੇਲਿਆਂ ਵਾਸਤੇ ਜਾਂ ਕਿਸੇ ਵੱਡੇ ਸਮਾਗਮਾਂ ਦੇ ਵਿੱਚ ਕਹਿੰਦੇ ਨੇ, ਪਰ ਅਸੀਂ ਉਹਨਾਂ ਨੂੰ ਇਹੀ ਗੱਲ ਕਹਿੰਦੇ ਹਾਂ ਵੀ ਅਸੀਂ ਜਿਹੜੇ ਸਟੰਟ ਆ ਅਸੀਂ ਪੈਸਿਆਂ ਲਈ ਨਹੀਂ ਕਰਦੇ, ਅਸੀਂ ਆਪਣੇ ਸ਼ੌਂਕ ਲਈ ਕਰਦੇ ਹਾਂ, ਅਤੇ ਜਿੱਥੇ ਸਾਡਾ ਦਿਲ ਕਰਦਾ ਅਸੀਂ ਉੱਥੇ ਸਟੰਟ ਕਰ ਲੈਂਦੇ ਹਾਂ। ਜਿਵੇਂ ਕਿਸੇ ਇੰਡੀਆਜ਼ ਗੋਟ ਟੈਲੈਂਟ ਦੇ ਉੱਪਰ ਅਸੀਂ ਸਟੰਟ ਕੀਤੇ, ਇਸ ਤੋਂ ਇਲਾਵਾ ਜਿੱਥੇ ਜਿੱਥੇ ਵੱਡੇ ਲੈਵਲ ਦੇ ਮੁਕਾਬਲੇ ਮੁਕਾਬਲੇ ਨਹੀਂ ਕਹਿ ਸਕਦੇ ਆਪਾਂ, ਕਹਿ ਸਕਦੇ ਹਾਂ ਵੀ ਜਿੱਥੇ ਜ਼ਿਆਦਾ ਲੋਕਾਂ ਦਾ ਇਕੱਠ ਹੋਵੇ ਉੱਥੇ ਜੇ ਕੋਈ ਸਾਨੂੰ ਪਿਆਰ ਦੇ ਨਾਲ ਇਨਵਾਈਟ ਕਰਦਾ ਤਾਂ ਅਸੀਂ ਉੱਥੇ ਸਟੰਟ ਕਰ ਦਿੰਦੇ ਹਾਂ ਆਪਣੀ ਮਰਜ਼ੀ ਦੇ ਨਾਲ ਜੀ। ਜੇਕਰ ਗੱਲ ਕਰੀਏ ਤਾਂ ਹੁਣ ਤੱਕ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਤੁਹਾਨੂੰ ਸਟੰਟ ਲੈਵਲ 'ਤੇ ਮਾਣ ਸਨਮਾਨ ਕੀਤਾ?
ਸਟੰਟਾਂ ਦੇ ਵਿੱਚ ਸਾਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਅਸੀਂ ਜਦੋਂ ਦੇਹਰਾਦੂਨ ਗਏ ਸੀ ਉੱਥੇ ਸਾਨੂੰ ਸਟੰਟਾਂ ਦੇ ਤੌਰ 'ਤੇ ਸਾਨੂੰ ਸਨਮਾਨਿਤ ਕੀਤਾ ਸੀ। ਇਸ ਤੋਂ ਇਲਾਵਾ ਅਸੀਂ ਚੰਡੀਗੜ੍ਹ ਦੇ ਵਿੱਚੋਂ ਵੀ ਸਨਮਾਨ ਹਾਸਲ ਕੀਤਾ, ਬੋਂਬੇ ਦੇ ਵਿੱਚੋਂ ਵੀ ਸਨਮਾਨ ਹਾਸਲ ਕੀਤਾ, ਕਿਉਂਕਿ ਕਾਫੀ ਜਗ੍ਹਾ 'ਤੇ ਅਸੀਂ ਬੁਲਟ ਦੇ ਉੱਪਰ ਖੜ੍ਹ ਕੇ ਸਟੰਟ ਕੀਤੇ ਆ ਜੀ। ਤੁਸੀਂ ਹੁਣ ਤੱਕ ਮੇਰੇ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਕੁਝ ਨੌਜਵਾਨਾਂ ਨੂੰ ਵੀ ਜਿਹੜੀ ਬੁਲਟ ਦੀ ਜਿਹੜੇ ਸਟੰਟਾਂ ਦੀ ਟ੍ਰੇਨਿੰਗ ਕਰ ਰਹੇ ਹੋ, ਕਿੰਨੇ ਕੁ ਨੌਜਵਾਨ ਨੇ ਜਾਂ ਕਿਸ ਤਰ੍ਹਾਂ, ਕੋਈ ਫੀਸ ਵਗੈਰਾ ਜਾਂ ਸੇਵਾ ਹੀ ਗੁਰੂ ਮਹਾਰਾਜ ਵੱਲੋਂ ਕਰ ਰਹੇ ਹੋ ਜੀ? ਪਹਿਲੀ ਗੱਲ ਤਾਂ ਮੈਂ ਇਹੀ ਕਹਾਂਗਾ ਵੀ ਅਸੀਂ ਸਪੈਸ਼ਲ ਪ੍ਰੋਫੈਸ਼ਨਲੀ ਕਿਸੇ ਨੂੰ ਬੁਲਟ ਦੇ ਉੱਪਰ ਸਟੰਟ ਕਰਨਾ ਸਿਖਾਉਂਦੇ ਨਹੀਂ। ਜਦੋਂ ਕੋਈ ਸਾਡੇ ਕੋਲ ਵੀਰ ਭਰਾ ਆ ਜਾਂਦਾ, ਜਦੋਂ ਜ਼ਿਆਦਾ ਰਿਕੁਐਸਟ ਕਰਦਾ ਵੀ ਵੀਰ ਜੀ ਅਸੀਂ ਵੀ ਸਟੰਟ ਕਰਨੇ ਸਿੱਖਣੇ, ਕਿਉਂਕਿ ਜਿੰਨੀਆਂ ਸਾਡੀਆਂ ਵੀਡੀਓ ਵਾਇਰਲ ਹੁੰਦੀਆਂ ਕੋਈ ਨਾ ਕੋਈ ਵੀਰ ਭਰਾ ਐਸਾ ਹੁੰਦਾ ਹੀ ਆ ਵੀ ਜਿਹੜਾ ਸੋਚਦਾ ਵਾ ਵੀ ਮੈਂ ਵੀ ਇਹਨਾਂ ਵੀਰਾਂ ਦੇ ਵਾਂਗ ਬੁਲਟ ਦੇ ਉੱਪਰ ਖੜ੍ਹਾਂ। ਅਤੇ ਸਾਡੇ ਕੋਲ ਕੁਝ ਵੀਰ ਭਰਾ ਆਉਂਦੇ ਨੇ ਜਿਹੜੇ ਜ਼ਿਆਦਾ ਜਿੱਦ ਕਰਦੇ ਨੇ, ਫਿਰ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਵੀ ਸਭ ਤੋਂ ਪਹਿਲਾਂ ਬੁਲਟ ਚਲਾਉਣਾ ਕਿਵੇਂ, ਹੱਥ ਕਿਵੇਂ ਛੱਡਣੇ ਨੇ ਅਤੇ ਇਸ ਦੇ ਉੱਪਰ ਖੜ੍ਹਨਾ ਕਿਵੇਂ ਆ। ਸਾਰੀਆਂ ਸਾਵਧਾਨੀਆਂ ਨੂੰ ਮੁੱਖ ਰੱਖਦੇ ਹੋਇਆਂ ਅਸੀਂ ਥੋੜ੍ਹੀ ਥੋੜ੍ਹੀ ਟੈਕਨੀਕ ਦੱਸਦੇ ਹਾਂ ਵੀ ਕਿਸੇ ਨੂੰ ਬੁਲਟ ਸਟੰਟ ਕਰਨ ਲੱਗਿਆ ਔਖ ਨਾ ਹੋਵੇ। ਮੇਰਾ ਯੂਟਿਊਬ ਚੈਨਲ ਬਲਦੇਵ ਸਿੰਘ ਸਰਹਾਲੀ ਆ, ਉਹਦੇ ਉੱਪਰ ਮੈਂ ਇੱਕ ਵਲੌਗ ਪਾਇਆ ਵੀ ਜਿਹਨੇ ਬੁਲਟ ਸਟੰਟ ਸਿੱਖਣੇ ਆ ਉਹਦੇ ਬਾਬਤ ਮੈਂ ਇੱਕ ਵੀਡੀਓ ਪਾਈ ਆ। ਪਰ ਬੁਲਟ ਸਟੰਟ ਸਿੱਖਣ ਤੋਂ ਪਹਿਲਾਂ, ਕਰਨ ਤੋਂ ਪਹਿਲਾਂ ਸਾਡੇ ਕੋਲ ਸਾਵਧਾਨੀ ਹੋਣੀ ਜ਼ਰੂਰੀ ਹੈ ਜੀ। ਜਦੋਂ ਬੁਲਟ ਸਟੰਟ ਕਰਦੇ ਹੋ, ਮੋਟਰਸਾਈਕਲ 'ਤੇ ਖੜ੍ਹਦੇ ਹੋ, ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਡਰ ਤਾਂ ਹੁੰਦਾ ਹੋਵੇ ਯਾਰ, ਜੇ ਮੈਂ ਡਿੱਗ ਪਿਆ ਤਾਂ ਮੇਰਾ ਸੱਟ ਲੱਗ ਜੂਗੀ ਜਾਂ ਕੁਝ ਰਗੜਾਂ ਲੱਗ ਜਾਣਗੀਆਂ, ਕਿਤੇ ਮਨ ਦੇ ਵਿੱਚ ਡਰ ਤਾਂ ਹੋਵੇਗਾ? ਨਹੀਂ, ਸ਼ੁਰੂ ਤਾਂ ਡਰ ਹੁੰਦਾ ਸੀ, ਪਰ ਹੁਣ ਜਦ ਅਸੀਂ ਬੁਲਟ ਦੇ ਉੱਪਰ ਖੜ੍ਹਦੇ ਹਾਂ ਅਤੇ ਬੁਲਟ ਦੇ ਉੱਪਰ ਹਮੇਸ਼ਾ ਖੜ੍ਹਨ ਤੋਂ ਪਹਿਲਾਂ ਅਸੀਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਬੁਲਟ ਦੇ ਉੱਪਰ ਖੜ੍ਹਨ ਤੋਂ ਪਹਿਲਾਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਜੀ ਅੱਗੇ ਤਰਲਾ ਮਾਰਦੇ ਹਾਂ ਵੀ ਪਾਤਸ਼ਾਹ ਜੀ ਆਪ ਜੀ ਦੇ ਬੱਚੇ ਹਾਂ, ਆਪ ਜੀ ਨੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਇਹ ਸਾਰਾ ਕੁਝ ਰੱਬ ਦਾ ਡਰ ਭੈ ਅਸੀਂ ਆਪਣੇ ਅੰਦਰ ਰੱਖ ਕੇ ਫਿਰ ਬੁਲਟ ਦੇ ਉੱਪਰ ਅਸੀਂ ਚੜ੍ਹਦੇ ਹਾਂ। ਕਦੀ ਵੀ ਕਿਸੇ ਨੌਜਵਾਨ ਵੀਰ ਦੇ ਕਹੇ ਅਕੋਰਡਿੰਗ ਜਾਂ ਅਸੀਂ ਹੁੱਲੜਬਾਜ਼ੀ ਦੇ ਵਿੱਚ ਜਾਂ ਕਿਸੇ ਕਾਲਜ ਨੂੰ ਸਕੂਲ ਨੂੰ ਛੁੱਟੀ ਹੋਈ ਹੋਵੇ, ਅਸੀਂ ਐਵੇਂ ਦਾ ਕੰਮ ਕਦੀ ਸੋਚਿਆ ਵੀ ਨਹੀਂ ਆ ਨਾ ਹੀ ਅਸੀਂ ਕਰਨਾ। ਜਦੋਂ ਵੀ ਅਸੀਂ ਬੁਲਟ ਸਟੰਟ ਕੀਤਾ ਵਾ ਅਸੀਂ ਪਾਤਸ਼ਾਹ ਜੀ ਦਾ ਰੱਬ ਦਾ ਡਰ ਦਿਲ ਦੇ ਵਿੱਚ ਰੱਖ ਕੇ ਫਿਰ ਹੀ ਸਟੰਟ ਕਰਦੇ ਹਾਂ ਅਤੇ ਉਹ ਰੱਬ ਸਾਡੇ ਨਾਲ ਹਮੇਸ਼ਾ ਸਹਾਈ ਹੁੰਦਾ। ਸਾਡੇ ਨਾਲ ਵੀਰ ਅਰਜਨ ਸਿੰਘ ਸਰਹਾਲੀ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਵੀਰ ਜੀ, ਕਿਹੜੇ ਸਟੰਟ ਤੁਸੀਂ ਬੁਲਟ ਮੋਟਰਸਾਈਕਲ 'ਤੇ ਕਰਦੇ? ਹਾਂਜੀ, ਬੁਲਟ ਦੇ ਉੱਪਰ ਤਾਂ ਮਤਲਬ ਜਦੋਂ ਸ਼ੁਰੂਆਤ ਇਹਨਾਂ ਦੀ ਹੋਈ ਉਦੋਂ ਤਾਂ ਸਿੰਗਲ ਪਰਸਨ ਹੀ ਇੱਕੋ ਹੀ ਬਸ ਇਹੀ ਖਲੋਂਦੇ ਸੀ, ਅਤੇ ਬਾਅਦ ਵਿੱਚ ਹੌਲੀ ਹੌਲੀ ਮਤਲਬ ਸੋਚਿਆ ਇਹਨੂੰ ਕੁਝ ਨਵੇਂ ਤਰੀਕੇ ਨਾਲ ਇਹਨੂੰ ਚੇਂਜ ਕੀਤਾ ਜਾਵੇ। ਅਤੇ ਕੁਝ ਬਚਪਨ ਦੇ ਵਿੱਚ ਸ਼ਤਾਨੀਆਂ ਦੇ ਜਦੋਂ ਸ਼ਤਾਨੀ ਕਰਦੇ ਸੀ ਉਦੋਂ ਸਾਈਕਲ ਦੇ ਉੱਪਰ ਅਸੀਂ ਦੋ ਜਣੇ ਖਲੋਂਦੇ ਸੀ, ਅਤੇ ਉਹਦੇ ਉੱਪਰ ਅਸੀਂ ਦੋ ਜਣੇ ਖਲੋਣ ਤੋਂ ਜਿਹੜਾ ਆਈਡੀਆ ਉਹੀ ਇੱਧਰ ਅਪਣਾਇਆ। ਅਸੀਂ ਆਖਿਆ ਜੇ ਸਾਈਕਲ 'ਤੇ ਅਸੀਂ ਮਗਰਲੀ ਸ਼ੀਟ ਦੇ ਉੱਪਰ ਦੋ ਜਣੇ ਖਲੋ ਸਕਦੇ, ਇਹਦੀ ਬੁਲਟ ਦੀ ਸ਼ੀਟ ਤਾਂ ਕਾਫੀ ਲੰਬੀ ਆ, ਇਹਦੇ ਉੱਪਰ ਵੀ ਖਲੋਤਾ ਜਾ ਸਕਦਾ। ਫਿਰ ਹੌਲੀ ਹੌਲੀ ਫਿਰ ਸ਼ੁਰੂਆਤ ਕੀਤੀ, ਮਤਲਬ ਡਰ ਸੀ ਮਨ ਦੇ ਵਿੱਚ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ, ਆਪਣੀ ਸੇਫਟੀ ਨੂੰ ਧਿਆਨ 'ਚ ਰੱਖਦਿਆਂ ਹੋਇਆ। ਅਤੇ ਫਿਰ ਅਸੀਂ ਸ਼ੁਰੂਆਤ ਕੀਤੀ, ਫਿਰ ਹੌਲੀ ਹੌਲੀ ਖਲੋਤੇ ਅਤੇ ਅੱਗੇ ਅੱਗੇ ਐਵੇਂ ਫਿਰ ਖਲੋਈ ਗਏ, ਨਵੇਂ ਨਵੇਂ ਸਟੰਟ ਕੀਤੇ। ਜਿਵੇਂ ਹੁਣ ਪੌੜੀ ਵੀ ਬੁਲਟ ਦੇ ਉੱਪਰ ਲਾ ਲਈ ਦੀ, ਇੱਕ ਬੁਲਟ ਦੇ ਉੱਪਰ ਚਾਰ ਜਣੇ ਖਲੋ ਜਾਂਦੇ, ਪੰਜ ਜਣੇ ਖਲੋ ਜਾਂਦੇ ਆ। ਅਤੇ ਬੁਲਟ ਸਟੰਟ ਕਰਦਿਆਂ ਮਤਲਬ ਇਹ ਨਹੀਂ ਹੈ, ਕਈ ਵੀਡੀਓ ਵੇਖਦੇ ਹਾਂ ਅਤੇ ਕਈ ਆ ਜਾਂਦੇ ਇਹ ਸੌਖਾ ਹੀ ਆ ਖਲੋਣਾ, ਪਰ ਸੌਖਾ ਨਹੀਂ, ਕਿਉਂਕਿ ਇਹਦੇ ਵਿੱਚ ਜੋ ਮਗਰ ਬੀਤਿਆ, ਜੋ ਸਾਡੇ ਰਗੜਾਂ ਸਾਰਾ ਕੁਝ ਲੱਗਿਆ, ਇਹ ਸਾਰਾ ਚੀਜ਼ ਆਪਣੇ ਪਿੰਡੇ 'ਤੇ ਹੰਢਾਈ ਆ, ਅਤੇ ਫਿਰ ਆਹ ਚੀਜ਼ ਜਿਹੜੀ ਨਿਖਰ ਕੇ ਤੁਹਾਡੇ ਸਾਹਮਣੇ ਜਿਹੜੀ ਆਈ ਹੈ। ਜੇਕਰ ਗੱਲ ਕੀਤੀ ਜਾਵੇ ਘਰਦਿਆਂ ਦੀ, ਤਾਂ ਬੱਚੇ ਹਮੇਸ਼ਾ ਹੀ ਮਾਪਿਆਂ ਨੂੰ ਪਿਆਰੇ ਹੁੰਦੇ ਨੇ। ਹਾਈਵੇ 'ਤੇ ਤੁਸੀਂ ਸਟੰਟ ਕਰਦੇ ਹੋ, ਹਾਈਵੇ ਹੋ ਗਿਆ, ਸੜਕਾਂ ਹੋ ਗਈਆਂ, ਸਟੰਟ ਕਰਦੇ ਹੋ ਤੁਸੀਂ, ਘਰਦਿਆਂ ਵੱਲੋਂ ਕਿਸ ਤਰ੍ਹਾਂ ਸਪੋਰਟ ਮਿਲਦਾ? ਘਰਦਿਆਂ ਵੱਲੋਂ ਤਾਂ ਹੁਣ ਤਾਂ ਚਲੋ ਵਧੀਆ ਕਰਦੇ, ਸਾਥ ਦੇ ਰਹੇ ਨੇ। ਜਦੋਂ ਸ਼ੁਰੂਆਤ ਹੋਈ ਸੀ ਅਤੇ ਉਦੋਂ ਜਦੋਂ ਅਸੀਂ ਖਲੋ ਕੇ ਲੰਘਣਾ ਅਤੇ ਸਾਨੂੰ ਪਤਾ ਨਹੀਂ ਲੱਗਦਾ ਘਰ ਕੌਣ ਦੱਸ ਦਿੰਦਾ, ਅਸੀਂ ਸਪੈਸ਼ਲ ਨਿਗਾਹ ਰੱਖਦੇ ਕਿਹੜਾ ਕਿਹੜਾ ਸਾਨੂੰ ਵੇਖ ਕੇ ਜਾ ਰਿਹਾ ਵਾ, ਅਤੇ ਸਾਨੂੰ ਫਿਰ ਵੀ ਨਹੀਂ ਪਤਾ ਲੱਗਦਾ ਘਰ ਕਿੰਨੇ ਫੋਨ ਲਾਤਾ, ਵੱਡੇ ਵੀਰਾਂ ਨੂੰ ਫੋਨ ਲਾ ਦਿੰਦੇ ਅੱਜ ਤੁਹਾਡੇ ਫਿਰ ਭਰਾ ਜਿਹੜੇ ਉਹ ਖਲੋ ਕੇ ਜਾਣਦੇ ਆ, ਅਤੇ ਅਸੀਂ ਫਿਰ ਸੋਚਣਾ ਅੱਜ ਪਤਾ ਨਹੀਂ ਫਿਰ ਕਿੰਨੇ ਦੱਸਤਾ ਅਤੇ ਘਰੋਂ ਫਿਰ ਗੁੱਸੇ ਹੋਣਾ ਉਹਨਾਂ ਨੇ। ਅਤੇ ਉਹਨਾਂ ਨੇ ਫਿਰ ਮਹੀਨਾ ਦੋ ਮਹੀਨੇ ਉਹਨਾਂ ਨੇ ਟੋਕਿਆ, ਫਿਰ ਉਹ ਆਉਂਦੇ ਚਲੋ ਤੁਸੀਂ ਜੇ ਸੇਫਟੀ ਆਪਣੀ ਸੇਫਟੀ ਰੱਖ ਕੇ ਕਰੋ ਸਟੰਟ, ਕੋਈ ਨਹੀਂ ਤੁਸੀਂ ਕਰੋ। ਫਿਰ ਬਾਅਦ ਵਿੱਚ ਉਹਨਾਂ ਨੇ ਟੋਕਣਾ ਬੰਦ ਕੀਤਾ, ਫਿਰ ਉਹਨਾਂ ਨੇ ਮਤਲਬ ਮੋਢਿਆਂ 'ਤੇ ਹੱਥ ਰੱਖ ਕੇ ਸਾਡੇ ਨਾਲ ਉਹਨਾਂ ਨੇ ਚੱਲਣਾ ਸ਼ੁਰੂ ਕੀਤਾ। ਇਹ ਵੀ ਰਾਜਨ ਸਿੰਘ ਜੀ ਜਿਨ੍ਹਾਂ ਨੇ ਸਟੰਟਾਂ ਦੇ ਬਾਰੇ ਜਾਣਕਾਰੀ ਦਿੱਤੀ। ਹੁਣ ਇੱਕ ਵੀਰ ਬਲਦੇਵ ਸਿੰਘ ਸਰਹਾਲੇ ਤੋਂ
नौजवान संदेशा दवावांगे। बलदीप सिंह जी, जिस तरह नौजवान फुकर पुणी दे विच स्टंट कर देने, कई लोग अपनी जाना भी गवा चुके ने, की संदेश देना चाहते हो? नौजवान वीरां नूं मैं यही संदेश देना चाहवांगा, जेकर किसी का दिल करदा स्टंट कर लई ते ये पहला सोचो भी जिन्हें सानू पैदा किया, जिदे असी बख्शे हुए सुआस लै रहे हैं, उस रब नूं पहला हमेशा याद रखो। मौत नूं बंदा जदों याद रख के कोई जिंदगी दा काम करदा ते वह हमेशा बंदा सफल हुंदा। ते नौजवान वीर, अजकल मैं कुछ वीर भरा देखे ने जदों किते ज़्यादा इकट्ठ हुंदा जां किते मेले लगदे ने, ते बड़ी जगह ते ऐसे वीर वेखे ने वो सिर्फ अपनी टौर बनाउण लई फुकरबाजी दे विच कुड़ियां नूं प्रभावित कर लई, ज़्यादातर एवें स्टंट हुंदे आ, कुड़ियां नूं प्रभावित कर लई कुछ वीर भरा उहनां दे सामने स्टंट करदे ने, ते उस टाइम ते वो रब नूं भुल्ले हुंदे ने। ते मैं यही कहांगा भी जिहड़े वीर भरा स्टंट करदे ने जां करना चाहुंदे ने, सावधानी सेफ्टी जरूरी आ, ते नाल नाल स्टंट करदे टाइम उस रब नूं भी याद रखना जरूरी आ जिन्हें सानू ये गुण बख्शिश किया, ते रब तो डर के सानू ये सारा कुछ करना चाहिए जिंदगी दे विच। ते वीर भरावां नूं मैं यही संदेश दवांगा भी सारिआं दे नाल रल मिल के रहना चाहिए। जे किसे वेले किसे वीर भरा ने, जिहड़ा वीर भरा स्पोक्समैन दे चैनल दे जरिए वीडियो सुन रहा, जां जे किसे नूं लगदा वा भी तुसीं सच्ची दिलों स्टंट करना चाहुंदे हो तां तुहानूं किसे भी चीज़ की हैल्प की लोड़ होवे तां असीं हाज़र हाँ। असीं भी अपने चैनल के माध्यम राही नौजवानों जां वीरां नूं अपील करांगे कि कोई भी जेकर तुसीं स्टंट करने ने तां किसी चंगे उस्ताद दी जां किसी चंगे ट्रेनर की मदद ली जाए, तां जो इस स्टंटबाजी तो पहली तो गल तो असीं कहना चाहोंगे स्टंटबाजी तो दूर रहो, क्योंकि जिन्हों गुण आउंदा सिर्फ उही कर सकदा, दूसरा मेरा वीर कोई रिस्क ना लवे। कैमरामैन विशाल दे नाल, स्पोक्समैन टीवी पट्टी।